चीन वालों भारतीय फौजियों नूं मारे जाण विरुद्ध भड़के दुकानदारा ने साड़िया चीन दा पुतला। इंडियन आर्मी जिंदाबाद, 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 चाइना हाय हाय, 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 नीचे नीचे बैंक बंद करो, बंद करो, बंद करो, बंद करो, बीते दिनी चीन वालों लद्दाख विच भारत दे 20 फौजियां नूं शहीद कर देण दे रोस वजो मोहाली दे फेज 7 दी मार्केट दे दुकानदारां वालों चीन सरकार दे खिलाफ प्रदर्शन कीता गया अते चीन दा पुतला ते होर चीनी समान जिस विच खिडौने पिचकारियां अते होर समान भी शामिल सी साड़ के रोस जाहिर कीता गया। रोस प्रदर्शन की अगवाई कर रहे मार्केट वेलफेयर एसोसिएशन के प्रधान सरदार सरबजीत सिंह पारस ने इस मौके कहा कि साढ़े 20 फौजियों नूं शहीद करके चीन ने जो कायराना हरकत की है उसनों किसी भी कीमत पर बर्दाश्त नहीं किया जाएगा। ਉਹਨਾਂ ਕਿਹਾ ਅੱਜ ਜਿਹੜਾ ਰੋਸ ਅਸੀਂ ਰੱਖਿਆ ਚਾਈਨਾ ਗਵਰਨਮੈਂਟ ਦੇ ਖਿਲਾਫ ਉਹ ਇਸੇ ਸੰਬੰਧੇ ਰੱਖਿਆ ਕਿਉਂਕਿ ਸਾਡੇ 20 ਜਿਹੜੇ ਜਵਾਨ ਇਹਨਾਂ ਨੇ ਉੱਥੇ ਸ਼ਹੀਦ ਕੀਤੇ ਆ ਔਰ ਉਹਨਾਂ ਨੂੰ ਅਸੀਂ ਇੱਕ ਤਾਂ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਔਰ ਦੂਜਾ ਅਸੀਂ ਕਹਿਣਾ ਚਾਹੁੰਦੇ ਹਾਂ ਦੇਸ਼ ਵਾਸੀਆਂ ਨੂੰ ਕਿ ਇਹ ਚਾਈਨੀ ਸਮਾਨ ਦਾ ਬਹਿਸ਼ਕਾਰ ਕਰੋ ਔਰ ਮੇਡ ਇਨ ਇੰਡੀਆ ਬਣਾਓ ਜਿਹੜੇ ਸਾਡੇ ਦੇਸ਼ 'ਚ ਬਣੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਯੂਜ਼ ਕਰੋ ਤਾਂ ਜੋ ਸਾਡਾ ਕਾਰੋਬਾਰ ਆਪਣਾ ਪ੍ਰਫੁੱਲਿਤ ਹੋ ਸਕੇ ਇਹੋ ਜਿਹੀਆਂ ਚੀਜ਼ਾਂ ਤੋਂ ਬਚਾ ਕਰੋ ਔਰ ਨਾਲੇ ਤੁਸੀਂ ਦੇਖ ਹੀ ਰਹੇ ਹੋ ਅੱਜ ਪਿਛਲੇ 4 ਮਹੀਨਿਆਂ ਤੋਂ ਅਸੀਂ ਕੋਰੋਨਾ ਵਾਇਰਸ ਦੇ ਨਾਲ ਕਿੱਦਾਂ ਲੜ ਰਹੇ ਹਾਂ ਇਹ ਪੂਰੀ ਦੁਨੀਆ 'ਚ ਜਿਹੜਾ ਕੋਰੋਨਾ ਵਾਇਰਸ ਹੈ ਇਹ ਚਾਈਨਾ ਦੀ ਹੀ ਦੇਣ ਹੈ ਔਰ ਅੱਜ ਅਸੀਂ ਵਪਾਰ ਤੋਂ ਵੀ ਵਾਂਝੇ ਹੋ ਰਹੇ ਹਾਂ ਦੁਕਾਨਦਾਰ ਸਾਰਾ ਵਪਾਰ ਵਾਂਝਾ ਹੋ ਰਿਹਾ ਔਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਟੋਟਲ ਬਹਿਸ਼ਕਾਰ ਹੋਣਾ ਚਾਹੀਦਾ ਦੇਸ਼ ਭਰ ਦੇ ਵਿੱਚ ਚਾਈਨਾ ਗਵਰਨਮੈਂਟ ਚਾਈਨਾ ਦਾ। ਰੋਸ ਧਰਨੇ ਵਿੱਚ ਸ਼ਾਮਿਲ ਸਾਬਕਾ ਕੌਂਸਲਰ ਸ਼੍ਰੀ ਫੂਲਰਾਜ ਸਿੰਘ ਨੇ ਕਿਹਾ ਕਿ ਸਿਰਫ ਚੀਨ ਦੇ ਪੁਤਲੇ ਫੂਕਣ ਨਾਲ ਕੁਝ ਨਹੀਂ ਹੋਵੇਗਾ ਬਲਕਿ ਸਾਨੂੰ ਸਭ ਨੂੰ ਚੀਨ ਦੇ ਸਮਾਨ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਜਿੰਨਾ ਚਾਈਨਾ ਨੇ ਸਾਡੇ ਇੰਡੀਆ ਦਾ ਨੁਕਸਾਨ ਕੀਤਾ ਹੈ ਸਾਡੇ ਵਾਲੇ ਬਹੁਤ ਮਾੜੀ ਗੱਲ ਹੈ। ਸਾਨੂੰ ਹੁਣ ਤੱਕ ਤਾਂ ਬਹੁਤ ਸਾਰੇ ਮੈਂ ਮਾਰਕੀਟਾਂ ਪੜ੍ਹਦਾ ਬਿਜ਼ਨਸਮੈਨਾਂ ਨੇ ਜਿਨ੍ਹਾਂ ਨੇ ਆਪਣੇ ਆਰਡਰ ਕੈਂਸਲ ਕੀਤੇ ਨੇ ਮੈਂ ਆਪਣੀ ਮਾਰਕੀਟ ਦੇ ਮੋਹਾਲੀ ਦੀ ਖਾਸ ਕਰਕੇ ਜਿੰਨੇ ਵੀ ਮਾਰਕੀਟ ਨੁਮਾਇੰਦੇ ਪਹੁੰਚੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਚਾਈਨੀਜ਼ ਮਾਲ ਲਿਆਉਣਾ ਬੰਦ ਕਰੋ ਚਾਈਨੀਜ਼ ਮਾਲ ਵੇਚਣਾ ਬੰਦ ਕਰੋ ਇਹ ਅੱਜ ਆਪਾਂ ਇੱਕ ਸਹੁੰ ਚੱਕ ਕੇ ਇਹ ਕੰਮ ਕਰੋ ਸਿਰਫ ਪੁਤਲੇ ਸਾੜਨ ਦਾ ਕੋਈ ਕੰਮ ਨਹੀਂ ਹੋਣਾ ਕੁਝ ਨਹੀਂ ਬਣਨਾ ਆਪਾਂ ਆਪਣੇ ਦਿਲੋਂ ਗੱਲ ਕਰੋ ਵੀ ਚਾਈਨੀਜ਼ ਮਾਲ ਲਿਆਓ ਨਾ ਲਿਆਓ ਅਤੇ ਨਾ ਚਾਈਨੀਜ਼ ਮਾਲ ਨੂੰ ਵੇਚੋ ਜਿਹੜਾ ਪਿਆ ਉਹਨੂੰ ਵੀ ਆਪਾਂ ਫੂਕ ਕੇ ਚਾਈਨਾ ਦੇ ਵਿਰੁੱਧ ਆਪਾਂ ਚੱਲੀਏ। ਸਭ ਤੋਂ ਵੱਡੀ ਜਿਹੜੀ ਚਾਈਨਾ ਨੇ ਕਰਤੂਤ ਕੀਤੀ ਹੈ ਸਾਡੇ 20 ਜਵਾਨ ਸ਼ਹੀਦ ਕੀਤੇ ਨੇ ਉਹ ਬਹੁਤ ਹੀ ਨਿੰਦਣਯੋਗ ਹੈ। ਅਸੀਂ ਹਰ ਤਰੀਕੇ ਨਾਲ ਗਵਰਨਮੈਂਟ ਆਫ ਇੰਡੀਆ ਦੇ ਨਾਲ ਹਾਂ ਆਪਣੀ ਮਿਲਟਰੀ ਨਾਲ ਆਪਣੀ ਫੋਰਸ ਦੇ ਨਾਲ ਹਾਂ। ਇਸ ਮੌਕੇ ਮਾਰਕੀਟ ਦੇ ਵੱਡੀ ਗਿਣਤੀ ਦੁਕਾਨਦਾਰ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਸਨ। ਸਕਾਈ ਹਾਕ ਟਾਈਮਜ਼ ਲਈ ਰਾਜਕੁਮਾਰ ਅਰੋੜਾ ਦੀ ਰਿਪੋਰਟ।